ਅਲਹਮਦੁਲਿਲਾ ਜੀ। ਇਹ ਜੀ ਰੋਹ ਲਗਾ ਜੀ, ਚੈੱਕ ਕਰੇ ਨਾਸਰ ਭਾਈ ਨੇ ਰੋਹ ਨਿਕਾਲਾ। ਅੱਜ ਹਮ ਬੈਠੇ ਹੋਏ ਜੀ ਕਾਕੜਾ ਪੰਚੂਰਾ, ਔਰ ਅਲਹਮਦੁਲਿਲਾ ਗੇਮ ਔਨ ਹੈ, ਪਰ ਸਾਈਜ਼ 400-500 ਗ੍ਰਾਮ, ਆਧਾ ਕਿਲੋ ਤੱਕ ਸਾਈਜ਼ ਹੈ ਰੋਹ ਕਾ। ਮੇਰਾ ਡਰ ਲੱਗਾ ਵਾ ਜੀ, ਔਰ ਯੇ ਨਾਸਰ ਭਾਈ ਕਾ। ਬਾਕੀ ਅਪਡੇਟ ਬਤਾਤੇ ਹੈਂ ਜੀ ਆਪਕੋ, ਤਕਰੀਬਨ ਛੱਟਾ ਸਾਤਵਾਂ ਰੋਹ ਹੈ, ਛੱਟਾ ਸਾਤਵਾਂ ਰੋਹ ਹੈ ਜੀ, ਔਰ ਇੱਕ ਕਾਲੂ ਲੱਗਾ ਹੈ, 3-4 ਠਿਪਰੇ ਲੱਗੇ ਹੈ। ਇਹ ਜੀ ਪਹਿਲੀ ਨਰੈਣ ਲੱਗੀ ਹੈ ਜੀ, ਪੱਕੀ ਹੋਈ ਸੀ, ਚੈੱਕ ਕਰਾਏ ਜੀ ਨਰੈਣ। ਨਾਸਰ ਭਾਈ ਕੋ ਇੱਕ ਹੋਰ ਦਾਣਾ ਲੱਗਾ, ਔਰ ਮਾਸ਼ਾਅੱਲਾ ਲੱਗਤਾ ਹੈ ਸਾਈਜ਼ ਮੇ ਅੱਛਾ। ਠੀਕ ਹੈ ਰਹੂ ਰਹੂ ਨਾਸਰ ਸਾਹਿਬ, ਕਿਆ ਬਾਤ ਹੈ, ਆਪ ਕੇ ਚੱਕੋਗੇ ਬਿਲਕੁਲ ਸਾਹਮਣੇ ਸਾਹਮਣੇ ਇਹ ਚੈੱਕ ਕਰੇ ਜੀ, ਸਾਹਮਣੇ ਸਾਹਮਣੇ ਆਟੇ ਪੇ ਲਗਾ ਜੀ, ਬਿਲਕੁਲ ਸਾਹਮਣੇ ਸਾਹਮਣੇ ਨਾਸਰ ਭਾਈ। ਅਸਲਾਮ ਅਲੈਕੁਮ ਜੀ ਦੋਸਤੋ, ਇਹ ਜੀ ਅੱਜ ਕਾ ਹਮਾਰਾ ਸ਼ਿਕਾਰ ਸਾਹਿਬ ਭਾਈ, ਔਰ ਕੈਸਰ ਭਾਈ ਲੈ ਆਏ ਜੀ ਬਾਹਰ, 10:15 ਹੋਏ ਹੈ, 2 ਜੁਲਾਈ, ਅਲਹਮਦੁਲਿਲਾ ਅਭੀ ਹਮਾਰੀ ਵਾਪਸੀ ਹੈ ਜੀ। ਚਿੜੇ ਮਾਸ਼ਾਅੱਲਾ ਜੰਬੋ ਸਾਈਜ਼ ਚਿੜੇ ਲੱਗੇ ਹੈ ਰੋਹ, ਔਰ ਇੱਕ ਨਰੈਣ ਲੱਗੀ ਹੈ ਹਾਫ ਕੇ ਜੀ ਤਕਰੀਬਨ, ਔਰ ਇਹ ਇੱਕ ਮਲੀ ਲੱਗੀ ਹੈ ਸਪੂਨ ਪੇ। ਇਹ ਜੀ ਹਮਾਰੀ ਟੀਮ, ਇਹ ਨਾਸਰ ਭਾਈ ਦੁਆ ਮੈਂ ਯਾਦ ਰੱਖੇ, ਅੱਲਾ ਹਾਫਿਜ਼।